सत श्री अकाल जी, स्वागत है रोजाना टाइम च। आम आदमी पार्टी की सरकार नू बने पूरे एक साल हो गया है ते जिस नू लैके कैबिनेट मंत्री अमन अरोड़ा दे वल्लों मीडिया जरिए गलबात की गई है कि आम आदमी पार्टी नू बने नू पूरा साल हो गया है ते वो अपने काफ़ी वादिया तो खरे भी उतरे ने। भगवंत मान जी नू मुख्यमंत्री बनिया एक साल पूरा हो चुका है। अज जिथे करप्शन नू नथ पै चुकी है, हेल्थ और एजुकेशन के उपर वड्डे पद्धर के उपर काम ने जिहड़े ओ चल रहे ने। अज 27,000 नौकरियां भगवंत मान जी की सरकार वालों दित्तियां जा चुकियां ने। अज सरकारी जमीनों के कब्जे वो छुड़वाए जा रहे हैं, बेमिसाल प्राप्तियां ने और मैं समझदा कि करप्शन नथ पाउण सब तो वड्डी प्राप्ति है। और मैं जदों वोटां मंग रहा सी पिछले साल, मैं उदों हल्के दे लोकां नूं बेनती की सी कि जे तुसीं मेरे ते आशीर्वाद रख दिंदे हो, मैनूं कामयाब कर दिंदे हो ते भगवंत मान जी मेरे वड्डे भरा पंजाब दे मुख्यमंत्री बन जांदे ने ते हल्के दे विच विकास दे करेले ने जिहड़े ओह कढ दूंगा। ते अज एक साल पूरा होण ते पहली सालगिरह ते मैनूं दस्सदे खुशी हो रही है कि अपने हल्के दे पिंडां ते तिन्ने शहरां नूं 4,60,00,000 रुपए दे ग्रांट ने जिहड़ी ओह असीं जारी कर रहे हां। और हुण तक वख-वख प्रोजेक्टां दे विच मैं सारा लेखा जोखा रिपोर्ट कार्ड है जिहड़ा ओह अपने हल्के दे लोकां दी कचहरी दे विच रख्या है। मैनू दसदे हुए खुशी महसूस हो रही है कि हुण तक 138,71,00,000 रुपये जिहड़ा ओह हल्के सुनाम दे विच ओह मंजूर हो चुके है। उन्हां दे कम या चल रहे ने या अंडर प्रोसैस ने ते या उन्हां दे टेंडर ने जिहड़े ओह लग चुके ने, बड़ी जल्दी कम शुरू होण जा रहा है। सो मेरे कहने दा मतलब यह है कि इहदे विच 68,00,00,000 रुपये जिहड़ा ਉਹ ਹਲਕੇ ਦੇ ਪਾਈਪਲਾਈਨ ਜਿਹੜੇ ਅੰਡਰਗਰਾਊਂਡ ਪਾਈਪਲਾਈਨਾਂ ਨੇ ਉਹਦੇ ਵਾਸਤੇ, ਸੀਵਰੇਜ ਜਗਤਪੁਰਾ ਬਸਤੀ ਦੇ ਵਿੱਚ 6,37,00,000 ਰੁਪਏ ਦੇ ਨਾਲ ਸੀਵਰੇਜ ਕੰਪਲੀਟ ਹੋ ਰਿਹਾ ਹੈ। ਲੌਂਗੋਵਾਲ ਔਰ ਚੀਮੇ ਦੇ ਵਿੱਚ ਤਕਰੀਬਨ 7.25 ਕਰੋੜ ਦੇ ਨਾਲ ਬੱਸ ਸਟੈਂਡ ਉਹ ਬਣ ਰਹੇ ਨੇ। ਸਬ ਤਹਿਸੀਲ ਕੰਪਲੈਕਸ 4.5 ਕਰੋੜ ਦੀ ਲਾਗਤ ਦੇ ਨਾਲ ਉਹ ਬਣ ਰਿਹਾ ਹੈ। ਲੌਂਗੋਵਾਲ ਦੇ ਵਿੱਚ ਤਕਰੀਬਨ 4.5 ਕਰੋੜ ਦੀ ਲਾਗਤ ਦੇ ਨਾਲ ਸਟੇਡੀਅਮ ਬਣਨ ਜਾ ਰਿਹਾ ਹੈ। ਔਰ ਇਸ ਤੋਂ ਇਲਾਵਾ 5 ਮੁਹੱਲਾ ਕਲੀਨਿਕ ਬਣ ਚੁੱਕੇ ਨੇ, 2 ਸਕੂਲ ਆਫ ਐਮੀਨੈਂਸ ਬਣਨ ਜਾ ਰਹੇ ਨੇ। ਸੋ ਇਹ ਉਹ ਪ੍ਰੋਜੈਕਟ ਨੇ। ITI ਦੇ ਵਿੱਚ ਸਟੇਡੀਅਮ ਲਈ 1,87,00,000 ਰੁਪਏ ਆ ਚੁੱਕਾ, ITI ਦੀ ਰਿਪੇਅਰ ਦੇ ਲਈ 3,27,00,000 ਰੁਪਏ ਦੇ ਕੰਮ ਨੇ ਜਿਹੜੇ ਉਹ ਚੱਲ ਰਹੇ ਨੇ। ਵਾਕਿੰਗ ਟਰੈਕ ਜਿਹੜਾ ਉਹ ਬਣ ਰਿਹਾ, ਸੋਲਿਡ ਅਤੇ ਲਿਕੁਇਡ ਵੇਸਟ ਮੈਨੇਜਮੈਂਟ ਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਹਲਕੇ ਦੇ ਵਿੱਚ ਚੱਲ ਰਿਹਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਐਂਗਲ ਤੋਂ ਹਰੇਕ ਖਿੱਤੇ ਦੇ ਵਿੱਚ ਅਸੀਂ, ਕਿਉਂਕਿ ਲੋਕਾਂ ਨੂੰ ਅਸੀਂ ਸੰਪੂਰਨ ਡਿਵੈਲਪਮੈਂਟ ਦਾ, ਕੰਪਲੀਟ ਡਿਵੈਲਪਮੈਂਟ ਦਾ ਅਸੀਂ ਉਹਨਾਂ ਨੂੰ ਵਾਅਦਾ ਕੀਤਾ ਸੀਗਾ, ਉਸੇ ਮਕਸਦ ਦੇ ਨਾਲ ਚੱਲੇ ਹੋਏ ਤਾਂ ਕਿ ਲੋਕਾਂ ਨੂੰ ਹੈਲਥ ਔਰ ਐਜੂਕੇਸ਼ਨ ਦੀਆਂ ਫੈਸਿਲਿਟੀਜ਼ ਵੀ ਮਿਲਣ, ਲੋਕਾਂ ਨੂੰ ਸਵੱਛਤਾ ਸਫਾਈ ਵੀ ਮਿਲੇ, ਲੋਕਾਂ ਨੂੰ ਖੇਡਾਂ ਦਾ ਮਾਹੌਲ ਹੈ ਉਹ ਵੀ ਮਿਲੇ, ਲੋਕਾਂ ਨੂੰ ਹੈਲਥ ਔਰ ਐਜੂਕੇਸ਼ਨ ਵੀ ਮਿਲੇ, ਇਹ ਸਾਰੀਆਂ ਚੀਜ਼ਾਂ ਨੇ। ਲੋਕਾਂ ਨੂੰ ਸੜਕਾਂ ਦੇ ਪੁਲ ਨੇ ਜਿਹੜੇ ਉਹ ਵੀ ਮਿਲਣ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੋਲਿਸਟਿਕਲੀ ਪੂਰਨ ਤੌਰ ਦੇ ਉੱਪਰ ਹਰੇਕ ਪੱਖੋਂ ਕੰਮ ਚੱਲ ਰਿਹਾ। ਅਤੇ ਇੱਕ ਸਾਲ ਦੇ ਵਿੱਚ ਮੈਂ ਸਮਝਦਾ ਕਿ ਇੱਕ ਛੋਟੀ ਜਿਹੀ ਕਾਰਗੁਜ਼ਾਰੀ, ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਮੈਂ ਇੱਕ ਸਾਲ ਦੇ ਵਿੱਚ ਹੀ ਸਾਰਾ ਕੁਛ ਕਰਤਾ, ਮੈਂ ਇਹ ਕਹਿਣਾ ਕਿ ਮੇਰੇ ਹਲਕੇ ਦੇ ਲੋਕਾਂ ਦੇ ਪਿਆਰ ਦੀ ਵਜ੍ਹਾ ਕਰਕੇ ਔਰ ਮੇਰੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮੇਰੇ ਉੱਪਰ ਵਿਸ਼ਵਾਸ ਕਰਕੇ ਮੈਂ ਇੱਕ ਛੋਟੀ ਜਿਹੀ ਪਹਿਲ ਕੀਤੀ ਹੈ, ਹਜੇ ਪੈਂਡਾ ਬਹੁਤ ਲੰਬੇ ਅਤੇ ਆਉਣ ਵਾਲੇ 5-4 ਸਾਲਾਂ ਦੇ ਵਿੱਚ ਉਹ ਵੀ ਪੂਰਾ ਕਰਾਂਗੇ। ਮੈਂ ਜੋ ਅੱਜ ਸ਼ਿਵ ਮੰਦਰ ਅੰਗਾਰੀਆਂ ਧਰਮਸ਼ਾਲਾ ਨੂੰ ਜੋ ਸਰਕਾਰ ਵੱਲੋਂ 2,50,000 ਦਾ ਚੈੱਕ ਦਿੱਤਾ ਗਿਆ ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂਗੇ। ਔਰ ਉਹ ਜਿਹੜਾ ਪੈਸਾ ਦਿੱਤਾ ਗਿਆ ਉਸ ਪੈਸੇ ਨੂੰ ਅਸੀਂ ਪਬਲਿਕ ਦੇ ਯੂਜ਼ ਲਈ ਧਰਮਸ਼ਾਲਾ ਦਾ ਨਿਰਮਾਣ ਕਰਨ ਜਾ ਰਹੇ ਹਾਂਗੇ। ਉਹਦੇ ਲਈ ਜੋ ਸ਼ੈੱਡ, ਮਤਲਬ ਰਸੋਈ ਘਰ ਜੋ ਵੀ ਕੁਛ ਜ਼ਰੂਰਤ ਹੋਏਗੀ ਉਹ ਅਸੀਂ ਬਣਾ ਰਹੇ ਹਾਂਗੇ। ਔਰ ਉਹਦੇ ਲਈ ਜਿਹੜੀ ਜਨਤਾ ਆਸ ਪਾਸ ਦੇ ਜਿਹੜੇ ਲੋਕ ਨੇਗੇ, ਗਰੀਬ ਹੈ ਜਾਂ ਜੋ ਵੀ ਹੈਗਾ ਜਿਨ੍ਹਾਂ ਦੀ ਜ਼ਰੂਰਤ ਹੈਗੀ ਹੈ, ਉਹ ਅਸੀਂ ਮਤਲਬ ਉਹਦੇ ਨਾਲ ਨਾਲ ਹੋਰ ਵੀ ਜੋ ਸਾਧਨ ਉਹਨਾਂ ਦੀ ਜ਼ਰੂਰਤ ਹੋਊਗੀ ਉਹ ਅਸੀਂ ਸਾਰੇ ਪ੍ਰੋਵਾਈਡ ਕਰਾਵਾਂਗੇ। ਅਤੇ ਧੰਨਵਾਦ ਜੀ। ਅਤੇ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ 27,000 ਨੌਕਰੀਆਂ ਦਿੱਤੀਆਂ ਗਈਆਂ ਨੇ ਅਤੇ ਭ੍ਰਿਸ਼ਟਾਚਾਰ ਦੇ ਉੱਤੇ ਨੱਥ ਵੀ ਪਾਈ ਗਈ ਹੈ ਅਤੇ ਜੋ ਸਰਕਾਰ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਸੀ ਉਹਨਾਂ ਨੂੰ ਛੁਡਵਾਇਆ ਗਿਆ ਹੈ ਅਤੇ ਉਹਨਾਂ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਕਾਫੀ ਹੱਦ ਤੱਕ ਵਾਅਦੇ ਪੂਰੇ ਕੀਤੇ ਗਏ ਨੇ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰ ਨੇ ਜੋ ਵਾਅਦੇ ਕੀਤੇ ਨੇ ਉਹਨਾਂ ਨੂੰ ਉਹ ਜ਼ਰੂਰ ਪੂਰਾ ਕਰਨਗੇ।